एक तां गल ये साढ़े लिए दसनी संगत नूं बहुत जरूरी है भी पंजाब ने जिहड़ा आपदा किरदार सी वो एक बारी फिर प्रूव करता। पंजाब ने यह दिखाता भी असी जमा जिहड़ी झंडी उस भलवान की भी सब तो तकड़ा वो झंडी फड़दे हैं। देखो सरकार दे आगू या सरकार मोदी अमित शाह जिनी एरोगेंस उन्होंने सी जिन्ना हंकार उन्होंने साढ़े नाल जो मत्था लाया तो जिस तरह असी आके दिल्ली घेरी बैठे हाँ एक इतिहासिक गल आम गल नहीं है। ये वर्तारा बड़ा इतिहासिक आ 237 साल बाद वर्तारा वापरिया तो महाराज की कला ही वापरी आ। इत्थे तुसी देखो असी अज गल यही कर रहे सी भी जिस तरह का माहौल जिवें संगत आ रही चढ़दी कला च संगत आ रही लंगर लग रहे आ नाम जपया जा रहा ਇਹੋ ਜਿਹੇ ਮਾਹੌਲ ਅਸੀਂ ਸੁਣਦੇ ਹੀ ਹੁੰਦੇ ਸੀ ਵੀ ਪੁਰਾਤਨ ਸਮਿਆਂ 'ਚ ਜਦੋਂ ਗੁਰੂ ਮਹਾਰਾਜ ਕਿਤੇ ਜਾ ਕੇ ਆਪਦਾ ਡੇਰਾ ਲਾਉਂਦੇ ਆ ਅਤੇ ਉੱਥੇ ਐਂ ਸੰਗਤਾਂ ਜੁੜ ਜਾਂਦੀਆਂ ਸੀ ਜਿੱਥੇ ਕੋਈ ਪੂਰਨ ਸਾਧੂ ਆ ਕੇ ਆਪਦਾ ਵਾਸ ਕਰਦਾ ਉੱਥੇ ਇਹੋ ਜਿਹਾ ਬਰਕਤ ਇਹੋ ਜਿਹੀ ਰਹਿਮਤ ਇਹੋ ਜਿਹੀ ਰੂਹਾਨੀਅਤ ਫਿਰ ਵਰਸਦੀ ਆ। ਸੋ ਇਹ ਜਮਾਂ ਹੀ ਉਹ ਮਾਹੌਲ ਸਿਰਜਿਆ ਜਾ ਰਿਹਾ। ਇੱਥੇ ਕਈ ਲੋਕ ਇਹੋ ਜਿਹੇ ਆਉਂਦੇ ਆ ਜਿਨ੍ਹਾਂ ਨੇ ਕੋਈ ਆਪਦੇ ਦੂਜੇ ਕੋਈ ਮਨਸੂਬੇ ਲੈ ਕੇ ਆਇਆ ਹੋਵੇ ਜਾਂ ਉਹਨਾਂ 'ਚ ਕੁਛ ਇੰਪਿਓਰਿਟੀ ਹੋਵੇ ਪਰ ਜਦੋਂ ਇੱਥੇ ਆ ਕੇ ਇਸ ਸਰੋਵਰ 'ਚ ਆ ਕੇ ਇਸ਼ਨਾਨ ਕਰਦੇ ਆ ਅਤੇ ਉਹ ਇੰਪਿਓਰਿਟੀ ਉਹਨਾਂ 'ਚੋਂ ਖਤਮ ਹੋ ਜਾਂਦੀ ਆ ਉਹ ਬੜੇ ਪਿਓਰ ਅਤੇ ਇੱਕ ਚੰਗੇ ਇਨਸਾਨ ਬਣ ਕੇ ਇੱਥੋਂ ਵਾਪਸ ਜਾਂਦੇ ਆ। ਸੋ ਪੰਜਾਬ 'ਚ ਹਰਿਆਣੇ 'ਚ ਯੂਪੀ 'ਚ ਜਿੱਥੇ ਵੀ ਕੋਈ ਬੰਦਾ ਬੈਠਾ ਸਾਡਾ ਜਿਹਦਾ ਹੋ ਸਕਦਾ ਕੋਈ ਇਸ ਕਿਸਾਨ ਅੰਦੋਲਨ ਨਾਲ ਕੋਈ ਨਾਤਾ ਨਾ ਹੋਵੇ ਪਰ ਉਹਨਾਂ ਨੂੰ ਵੀ ਇੱਥੇ ਆ ਕੇ ਇੱਕ ਵਾਰੀ ਵਿਜ਼ਿਟ ਕਰਨਾ ਚਾਹੀਦਾ ਬਹੁਤ ਕੁਛ ਸਿੱਖ ਕੇ ਜਾਣਗੇ ਜੇ ਇੱਕ ਦੋ ਦਿਨ ਇੱਥੇ ਰਹਿ ਕੇ ਜਾਣ ਤਾਂ ਬੜਾ ਕੁਛ ਸਿੱਖ ਕੇ ਜਾਣਗੇ ਐਂਡ ਇੱਕ ਚੰਗੇ ਇਨਸਾਨ ਬਣ ਕੇ ਜਾਣਗੇ। ਵਾਪਸ ਉਸੇ ਗੱਲ 'ਤੇ ਆਉਣੇ ਆ ਪੰਜਾਬ ਨੇ ਰਵੀਸ਼ ਕੁਮਾਰ ਕਹਿੰਦੇ ਕਹਾਉਂਦੇ ਜਰਨਲਿਸਟ ਆ ਉਹਨਾਂ ਨੇ ਇੱਕ ਆਪਦਾ ਟਵੀਟ ਵੀ ਕੀਤਾ ਉਹਨਾਂ ਨੇ ਇਹ ਗੱਲ ਕਹੀ ਵੀ ਪੰਜਾਬ ਨੇ ਦਿਖਾ ਦਈਆ ਵੀ ਇਹ ਕ੍ਰਾਂਤੀਕਾਰੀਓ ਕੀ ਧਰਤੀ ਹੈ। ਸੋ ਪੰਜਾਬ ਨੇ ਹਮੇਸ਼ਾ ਹੀ ਸਾਡਾ ਇਤਿਹਾਸ ਦੇਖ ਲਓ ਜਦੋਂ ਸਾਡੇ 'ਤੇ ਜਬਰ 'ਤੇ ਜ਼ੁਲਮ ਹੋਇਆ ਇਨਸਾਨੀਅਤ 'ਤੇ ਕਿਤੇ ਵੀ ਜਬਰ 'ਤੇ ਜ਼ੁਲਮ ਹੋਇਆ ਸਾਡੇ ਗੁਰੂਆਂ ਨੇ ਜਿਹੜੀ ਸਾਡੇ ਅੰਦਰ ਚਿਣਗ ਲਾਈ ਆ ਜਿਹੜੀਆਂ ਕਮਾਈਆਂ ਕਰਕੇ ਸਾਨੂੰ ਦੇ ਗਏ ਉਹ ਵਿਅਰਥ ਨਹੀਂ ਗਈਆਂ ਅਤੇ ਅੱਜ ਅਸੀਂ ਇਹ ਗੱਲ ਪ੍ਰੂਵ ਕਰਤੀ। ਸੋ ਸਿਜਦਾ ਕਰਦੇ ਹਾਂ ਉਸ ਧਰਤੀ ਨੂੰ ਸਿਰਜਦਾ ਕਰਦੇ ਹਾਂ ਉੱਥੋਂ ਦੇ ਸਾਡੀਆਂ ਰੂਹਾਂ ਨੂੰ ਸਾਡੀਆਂ ਸ਼ਖਸੀਅਤਾਂ ਨੂੰ ਸਾਡੇ ਲੋਕਾਂ ਨੂੰ। ਅੱਜ ਪੰਜਾਬ ਨੇ ਅੱਗੇ ਲੱਗ ਕੇ ਸਾਰਾ ਦੇਸ਼ ਜਗਾਤਾ। ਸੋ ਇਹ ਤਾਂ ਬਹੁਤ ਵੱਡੀ ਸਾਡੀ ਇੱਕ ਜਿੱਤ ਆ ਅਤੇ ਇਸ ਜਜ਼ਬੇ ਨੂੰ ਸਾਡੀ ਇਹ ਨੌਜਵਾਨੀ ਨੂੰ ਜਾਂ ਸਾਡੀ ਇੱਥੇ ਜਿਹੜੇ ਪੰਜਾਬ ਦੇ ਸਾਰੇ ਲੋਕ ਆਏ ਆ ਇਹਨਾਂ ਨੂੰ ਬਿਲਕੁਲ ਸੇਫ ਅਤੇ ਚੜ੍ਹਦੀ ਕਲਾ 'ਚ ਵਾਪਸ ਇਹਨਾਂ ਨੂੰ ਸੇਫ ਅਤੇ ਚੜ੍ਹਦੀ ਕਲਾ 'ਚ ਇੱਥੋਂ ਵਾਪਸ ਲੈ ਕੇ ਜਾਣਾ ਵੀ ਸਾਡੀ ਜ਼ਿੰਮੇਵਾਰੀ ਆ, ਲੀਡਰਸ਼ਿਪ ਦੀ ਵੀ ਜ਼ਿੰਮੇਵਾਰੀ ਆ ਅਤੇ ਉਹਨਾਂ ਨੂੰ ਇਸ ਜ਼ਿੰਮੇਵਾਰੀ ਦਾ ਅਹਿਸਾਸ ਹੈਗਾ। ਅੱਜ ਦੀ ਜਿਹੜੀ ਮੀਟਿੰਗ ਹੋਈ ਕਿਸਾਨ ਜਥੇਬੰਦੀਆਂ ਦੀ ਸਾਡੇ ਆਗੂਆਂ ਦੀ ਅਤੇ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਜਾਂ ਜਿਹੜੇ ਖੇਤੀਬਾੜੀ ਮੰਤਰੀ ਆ ਉਹਨਾਂ ਦੇ ਨਾਲ, ਉਹਦੇ 'ਚ ਵੇਖੋ ਉਹਨਾਂ ਨੇ ਅੱਜ ਉਹਨਾਂ ਦੀ ਰੋਟੀ ਵੀ ਨਹੀਂ ਖਾਧੀ। ਇਹ ਸਿੰਬੋਲਿਕਲੀ ਚੀਜ਼ਾਂ ਬੜੀਆਂ ਇੰਪੋਰਟੈਂਟ ਹੁੰਦੀਆਂ, ਘੋਲਾਂ 'ਚ ਸੰਘਰਸ਼ਾਂ 'ਚ ਇਹ ਗੱਲਾਂ ਬਹੁਤ ਇੰਪੋਰਟੈਂਟ ਹੁੰਦੀਆਂ ਸਿੰਬੋਲਿਕਲੀ। ਅੱਜ ਰੋਟੀ ਵੀ ਉਹਨਾਂ ਨੇ ਥੱਲੇ ਬਹਿ ਕੇ ਆਪਦੇ ਪੌਣਿਆਂ 'ਚ ਲੈ ਕੇ ਗਏ ਸੀ ਅਤੇ ਉਹ ਖਾਧੀ। ਸੋ ਵੀ ਆਰ ਪ੍ਰਾਊਡ ਆਫ ਦੈਮ ਵੀ ਉਹ ਚੰਗੀ ਗੱਲ ਕਰ ਰਹੇ ਆ, ਹੁਣ ਇੱਕ ਚੰਗੇ ਰਾਹ 'ਤੇ ਜਾਂ ਚੰਗੀ ਸੇਧ ਵੱਲ ਜਾ ਰਹੇ ਆ। ਪਰ ਹੁਣ ਅਸੀਂ ਇਹਨੂੰ ਡੀਕੋਡੀਫਾਈ ਕਰਦੇ ਹਾਂ, ਜਿਵੇਂ ਮੈਂ ਕਿਹਾ ਜਿਹੜੀ ਰਾਜਨੀਤੀ ਹੁੰਦੀ ਆ ਨਾ ਉਹ ਜਿਹੜੀ ਸਾਹਮਣੇ ਸਾਨੂੰ ਦਿਸਦੀ ਆ ਉਹ ਰਾਜਨੀਤੀ ਨਹੀਂ ਹੁੰਦੀ, ਉਹਦੇ ਪਿੱਛੇ ਕੀ ਚੱਲ ਰਿਹਾ ਉਹ ਰਾਜਨੀਤੀ ਹੁੰਦੀ ਆ। ਅਤੇ ਜਿਹੜੇ ਸਿਆਣੇ ਬੰਦੇ ਹੁੰਦੇ ਆ ਜਾਂ ਇੰਟਲੈਕਚੁਅਲਸ ਹੁੰਦੇ ਆ ਉਹਨਾਂ ਨੂੰ ਪਿੱਛੇ ਜਿਹੜੇ ਵਰਤਾਰੇ ਵਾਪਰ ਰਹੇ ਹੁੰਦੇ ਆ ਉਹਨੂੰ ਡੀਕੋਡੀਫਾਈ ਕਰਨਾ ਅਤੇ ਉਸ ਸੋਸ਼ਲ ਇਵੈਂਟਸ ਤੋਂ ਉਹਨਾਂ ਵਰਤਾਰਿਆਂ ਤੋਂ ਅਗਲੀ ਗੱਲ ਜਾਂ ਅਗਲਾ ਮੋੜ ਕਿੱਧਰ ਨੂੰ ਆ ਰਿਹਾ ਇਸ ਗੱਲ ਨੂੰ ਸਮਝਣਾ ਇਹ ਬਹੁਤ ਜ਼ਰੂਰੀ ਆ। ਹੁਣ ਸਰਕਾਰ ਅੱਜ ਅਮੈਂਡਮੈਂਟਸ 'ਤੇ ਆ ਗਈ, ਇਹ ਪਤਾ ਲੱਗਿਆ ਵੀ ਜਿਹੜੇ ਨਵੇਂ ਲਾਅ ਬਣੇ ਆ ਕਾਨੂੰਨ ਬਣੇ ਆ ਫਾਰਮ ਬਿੱਲਸ ਨੂੰ ਫਾਰਮ ਲਾਅਸ ਨੂੰ ਲੈ ਕੇ ਉਹਦੇ 'ਚ ਉਹ ਅਮੈਂਡਮੈਂਟ ਵੀ ਸੋਧਾਂ ਕਰਨ ਨੂੰ ਤਿਆਰ ਆ। ਪਰ ਸਾਡੇ ਜਿਹੜੇ ਕਿਸਾਨ ਆਗੂ ਆ ਉਹਨਾਂ ਨੇ ਇਹ ਗੱਲ ਸਿੱਧੇ ਤੌਰ 'ਤੇ ਪ੍ਰਗਟ ਰੂਪ 'ਚ ਇਹ ਗੱਲ ਉਹਨਾਂ ਨੂੰ ਕਰਤੀ ਵੀ ਸਪਸ਼ਟ ਰੂਪ 'ਚ ਇਹ ਗੱਲ ਕੀਤੀ ਵੀ ਅਸੀਂ ਸੋਧਾਂ ਕਰਾਉਣ ਵਾਸਤੇ ਨਹੀਂ ਆਏ, ਸਾਨੂੰ ਤਾਂ ਤਿੰਨੇ ਜਿਹੜੇ ਕਾਨੂੰਨ ਆ ਇਹ ਰੱਦ ਚਾਹੀਦੇ। ਇਸ ਗੱਲ 'ਤੇ ਜਿਹੜਾ ਡਾਇਲੋਗ ਅੱਜ ਇੱਥੇ ਖਤਮ ਹੋਇਆ, ਅਗਲੀ ਮੀਟਿੰਗ 'ਚ ਹੁਣ
देखो इस मीटिंग तो जो लैके जाएंगे अगे वह किस तरह यह प्रोसीड करेंगे, पर एक बहुत वड्डा जो डेडलॉक क्रिएट होया हो ना, जो कि बहुत ही सीरीयस आ और यदी बहुत ग्रेव आ, जिन्हों आप कहने भी बड़ा साढ़े लिए ये चिंतन करना जरूरी आता ही असी सही सीध तो दिशा वाल वध सकांगे। ये डेडलॉक किसी इवेंट ने तोड़ना, सरकार तीन कानून पिछे वो हट नहीं रही, तीन कानून वापस नहीं लै रही, साड़ी तो रे कह रही है भी तीन कानून वापस जे नहीं लैणगे तो असं इतें ही बैठे हाँ, असं वापस नहीं जावे उधर तक। सो एक डेडलॉक क्रिएट हो गया, ये किसी इवेंट ने तोड़ना। इवेंट हुण या तां साडे वल्लों होगा या सरकार वल्लों होगा, पर बैटर आ इत्थे कोई इवेंट ना होवे, क्योंकि ना तां असीं अफोर्ड कर सकते हैं कोई इवेंट करना, ना ही सरकार नूं करना चाहीदा भी साडे ते कोई क्रैकडाउन करे या सारे संघर्षी बंदियां ते कोई क्रैकडाउन करे, जो कि पहलां करदे रहे आ। ये डायलॉग ब्रेक होवे तां डायलॉग दे राहीं ब्रेक होवे ते इहदे रिकनसीलेशन दे राउंडस होण जिहड़े कि हो रहे आ, पर सरकार किते ना किते उहनां दी पोलिटिकल आइडियोलॉजी, उहनां दी सोशल स्टैंडिंग ते एक उहनां दा जिहड़ा हंकार या उहनां च जिहड़ी एक एरोगेंस आई हुई सी ना भी 370 वेले उन्होंने कश्मीरियां दी नहीं सुनी, सारे कश्मीरी घर च ही वाड़ते ते उन्होंने नज़र बंद करता। उस तरह तुसी देखो इन्होंने GST वेले व्यापारियों की नहीं सुनी, उदों कहिंदे व्यापारियों नूं नहीं समझ आया, फिर डीमोनेटाइजेशन वेले उदों किसी की नहीं सुनी, इस तरह NRCCEA वेले जिहड़े मुस्लिम भाईचारा उन्हों की गल नहीं सुनी, उन्होंने कह रहे सी समझ नहीं आया, तो अज साडी गल नहीं सुन रहे। सो इन्हां दी जिहड़ा एक हंकार आ ना किसी की गल ना सुनना ते आपदी कोई नीति या आपदी विचारधारा नूं मुख तौर ते लोकां दे उत्ते लागू करना, ਉਹ ਬਹੁਤ ਇਹਨਾਂ ਨੂੰ ਤੰਗ ਕਰੂਗਾ ਜੇ ਉਹ ਭੰਨਿਆ ਗਿਆ। ਤੋ ਹੁਣ ਇੱਥੇ ਇਹ ਡੈਡਲੌਕ ਜਿਹੜਾ ਕ੍ਰੀਏਟ ਹੋਇਆ ਹੋਇਆ ਤੇ ਬੜੇ ਹੋਰ ਡੂੰਘੇ ਮੀਨਿੰਗਸ ਜਾਂ ਬੜੇ ਇਹਦੇ ਡੀਪ ਮੀਨਿੰਗਸ ਵੀ ਆ ਜਿਹੜੇ ਆਪਾਂ ਸਮੇਂ ਸਮੇਂ 'ਤੇ ਡਿਸਕਸ ਕਰਾਂਗੇ। ਅੱਜ ਜੇ ਇਹ ਗੱਲ ਕਰਦੇ ਹਾਂ ਤਾਂ ਅੱਜ ਮੀਟਿੰਗ ਨੂੰ ਹੁਣ ਡੀਕੋਡੀਫਾਈ ਕਰਨਾ ਉਹ ਅਸੀਂ ਕਰਾਂਗੇ, ਅਗਲੇ ਇਵੈਂਟਸ ਨੂੰ ਕਿਵੇਂ ਆਪਾਂ ਪ੍ਰੋਡਿਕਟ ਕਰਨਾ ਇਹ ਵੀ ਕਰਾਂਗੇ, ਪਰ ਇੱਕ ਜਿਹੜੀ ਸਿਚੁਏਸ਼ਨ ਬਣੀ ਹੋਈ ਆ ਉਹਨੂੰ ਕੋਈ ਪ੍ਰੋਡਿਕਟ ਨਹੀਂ ਕਰ ਸਕਦਾ। ਇਹ ਮਹਾਰਾਜ ਦੀ ਕਲਾ ਹੀ ਵਰਤ ਰਹੀ ਆ, ਇਹ ਅਨਪ੍ਰਡਿਕਟੇਬਲ ਚੀਜ਼ ਹੋ ਗਈ ਆ, ਇਤਿਹਾਸਿਕ ਚੀਜ਼ ਹੋ ਗਈ ਆ, ਅਤੇ ਇਸ ਇਤਿਹਾਸ ਦੇ ਅਸੀਂ ਸਾਰੇ ਇਹ ਮੈਂ ਸੰਗਤ ਨੂੰ ਵੀ ਇਹ ਗੱਲ ਕਹਿੰਦਾ ਵੀ ਤੁਸੀਂ ਅਤੇ ਮੈਂ ਅਸੀਂ ਬਹੁਤ ਆਪਦੇ ਆਪ ਨੂੰ ਭਾਗਾਂ ਵਾਲੇ ਮੰਨੀਏ ਵੀ ਸਾਨੂੰ ਇਹ ਵਿਟਨੈਸ ਵੀ ਕਰ ਰਹੇ ਹਾਂ ਅਸੀਂ ਇਸ ਵਰਤਾਰੇ ਨੂੰ ਅਤੇ ਪਾਰਟੀਸਪੇਟ ਵੀ ਕਰ ਰਹੇ ਹਾਂ ਇਹਦੇ 'ਚ। ਜਿਹੜੇ ਇਹਨੂੰ ਵਿਟਨੈਸ ਨਹੀਂ ਕਰ ਰਹੇ ਅਤੇ ਇਹਦੇ 'ਚ ਪਾਰਟੀਸਪੇਟ ਨਹੀਂ ਕਰ ਰਹੇ ਤੁਸੀਂ ਬਿਲਕੁਲ ਕੁਛ ਨਾ ਕੁਛ ਬਹੁਤ ਵੱਡਾ ਇਤਿਹਾਸ ਦਾ ਇੱਕ ਮੋੜ ਮਿਸ ਕਰ ਰਹੇ ਹੋ।